ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਫਾਜ਼ਿਲਕਾ ਦੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦਾ ਜੁੱਲੀ ਬਿਸਤਰਾ ਚੁਕਵਾਉਣ ਦੀ ਗੱਲ ਕਰਕੇ ਚਰਚਾ ਦੇ ਵਿੱਚ ਆਏ ਛੋਟੇ ਘੁਬਾਇਆ ਯਾਨੀ ਕਿ ਦਵਿੰਦਰ ਸਿੰਘ ਘੁਬਾਇਆ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਨੇ ਅਤੇ ਆਏ ਇੱਕ ਵਾਰ ਫਿਰ ਤੋਂ ਨੈਗੇਟਿਵ ਕੰਮ ਦੇ ਕਰਕੇ ਹੀ ਨੇ ਕਿਉਂਕਿ ਉਹਨਾਂ ਨੇ ਆਪਣੀ ਸਰਕਾਰ ਤੇ ਸਵਾਲ ਚੁੱਕ ਦਿੱਤੇ ਨੇ ਮਾਈਨਿੰਗ ਨੂੰ ਲੈ ਕੇ ਦਵਿੰਦਰ ਸਿੰਘ ਘੁਬਾਇਆ ਨੇ ਦਾਅਵਾ ਕੀਤਾ ਹੈ ਕਿ ਸਾਡੀ ਸਰਕਾਰ ਦੇ ਵਿੱਚ ਗੁੰਡਾਗਰਦੀ ਅਕਾਲੀਆਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ ਸਾਨੂੰ ਜਿਹੜਾ ਰੇਤ ਹੈ ਉਹ ਇੱਥੇ ਕਾਫੀ ਮਹਿੰਗੀ ਜਿਹੜੀ ਵੇਚੀ ਜਾ ਰਹੀ ਹੈ ਜਿਹੜੀ 1650 ਰੁਪਏ ਫੁੱਟ ਦੇ ਹਿਸਾਬ ਨਾਲ ਸਾਨੂੰ ਵੇਚ ਰਹੇ ਹੈ ਔਰ ਜਿਹੜੀ ਉਹ ਪਰਚੀ ਕੱਟਦੇ ਉਹਦੇ ਤੇ ਕੋਈ ਰੇਟ ਨਹੀਂ ਲਿਖਦੇ ਕੋਈ ਪੈਸੇ ਨਹੀਂ ਲਿਖਦੇ ਸ਼ਰਿਆਮ ਜਿਹੜੀ ਗੁੰਡਾਗਰਦੀ ਕਰ ਰਹੇ ਕਾਫੀ ਲੰਮੇ ਸਮੇਂ ਤੋਂ ਸ਼ਿਕਾਇਤਾਂ ਆਉਂਦੀਆਂ ਸੀ ਸੋ ਅੱਜ ਅਸੀਂ ਪਲਾਨ ਬਣਾਇਆ ਵੀ ਉੱਥੇ ਮੌਕਾ ਵੇਖ ਕੇ ਚੈੱਕ ਕਰਦੇ ਹਾਂ ਅੱਜ ਇੱਥੇ ਆਏ ਹਾਂ ਇੱਥੇ ਲੀਗਲੀ ਜਿਹੜਾ ਹੈ ਸਿਰਫ 10 ਫੁੱਟ ਉਹ ਚੱਕ ਸਕਦੇ ਔਰ ਇਹਨਾਂ ਨੇ 70-70 ਫੁੱਟ ਜਿਹੜਾ ਉਹ ਥੱਲੋਂ ਮਿੱਟੀ ਚੱਕੀ ਹੈ ਇਲੀਗਲ ਮਾਈਨਿੰਗ ਕੀਤੀ ਹੈ ਔਰ ਜਦੋਂ ਕੈਪਟਨ ਸਾਹਿਬ ਨੇ ਸਰਕਾਰ ਬਣਾਈ ਸੀ ਤਾਂ ਉਦੋਂ ਇਹ ਕਹਿ ਕੇ ਬਣਾਈ ਸੀ ਕਿ ਜਿਹੜਾ ਅਸੀਂ ਰੇਤਾ ਲੋਕਾਂ ਨੂੰ ਸਸਤਾ ਦੇਵਾਂਗੇ ਤਾਂ ਰੇਤ ਮਾਫੀਆ ਖਤਮ ਕਰਾਂਗੇ ਪਰ ਮੈਂ ਸਮਝਦਾ ਵੀ ਰੇਤ ਮਾਫੀਆ ਇੱਥੇ ਤਾਂ ਇਹ ਸ਼ਰਿਆਮ ਗੁੰਡਾਗਰਦੀ ਪਿਛਲੀ ਸਰਕਾਰ ਨਾਲ ਕੰਮ ਲੰਘ ਗਿਆ ਔਰ ਲੋਕ ਜਿਹੜੇ ਹੈ ਬੜੇ ਦੁਖੀ ਹੈ ਇਸ ਕਰਕੇ ਅੱਜ ਅਸੀਂ ਆਏ ਸੀ ਔਰ ਜਿਹੜੇ ਵੀ ਇਹ ਇਲੀਗਲ ਮਾਈਨਿੰਗ ਕੀਤੀ ਹੈ ਜਾਂ ਪੈਸੇ ਲਏ ਆ ਲੋਕਾਂ ਤੋਂ ਉਹਨਾਂ ਖਿਲਾਫ਼ ਕਾਰਵਾਈ ਪਰਚਾ ਕਰਾਵਾਂਗੇ ਔਰ ਜੇ ਹੋਰ ਵੀ ਜਿਹੜਾ ਇਹਨਾਂ ਦਾ ਹਰਜਾਨਾ ਜਿਹੜਾ ਵੀ ਰਿਕਵਰੀ ਇਹਨਾਂ ਤੋਂ ਜਿਹੜਾ ਇਲੀਗਲੀ ਇਹਨਾਂ ਮਿੱਟੀ ਚੱਕੀ ਹੈ ਰੇਤਾ ਚੱਕਿਆ ਉਹ ਅਸੀਂ ਲਵਾਂਗੇ ਜਦੋਂ ਦਵਿੰਦਰ ਸਿੰਘ ਘੁਬਾਇਆ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਤਾਂ ਆਪਣੀ ਸਰਕਾਰ ਤੇ ਸਵਾਲ ਚੁੱਕਦੇ ਦਿਖਾਈ ਦਿੰਦੇ ਹੋ ਮੋਰਚਾ ਖੋਲਦੇ ਦਿਖਾਈ ਦਿੰਦੇ ਹੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਰਕਾਰ ਦੇ ਖਿਲਾਫ ਨਹੀਂ ਸਗੋਂ ਰੇਤ ਮਾਫੀਆ ਦੇ ਖਿਲਾਫ ਹਾਂ ਨਹੀਂ ਮੈਂ ਸਰਕਾਰ ਦੇ ਖਿਲਾਫ ਕੋਈ ਮੋਰਚਾ ਨਹੀਂ ਖੋਲਿਆ ਮੈਂ ਤਾਂ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਦਾ ਸੀ ਕੀਤਾ ਔਰ ਸਰਕਾਰ ਦੇ ਖਿਲਾਫ ਨਹੀਂ ਇਹ ਤਾਂ ਜਿਹੜਾ ਰੇਤ ਮਾਫੀਆ ਉਹਦੇ ਖਿਲਾਫ ਅਸੀਂ ਦਵਿੰਦਰ ਸਿੰਘ ਘੁਬਾਇਆ ਨੇ ਭਾਵੇਂ ਸਰਕਾਰ ਦੇ ਖਿਲਾਫ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਰਕਾਰ ਦੇ ਖਿਲਾਫ ਨਹੀਂ ਬੋਲ ਰਿਹਾ ਪਰ ਵਿਰੋਧੀ ਪਾਰਟੀਆਂ ਖੁੱਲ੍ਹ ਕੇ ਸਰਕਾਰ ਦੇ ਖਿਲਾਫ ਬੋਲਦੀਆਂ ਦਿਖਾਈ ਦਿੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੜਾਂ ਨਾਲ ਪੀੜਤ ਨੇ ਅਤੇ ਦੂਜੇ ਪਾਸੇ ਅਜਿਹੀ ਲੁੱਟ ਪੰਜਾਬ ਦੇ ਲੋਕਾਂ ਨਾਲ ਕੀਤੀ ਜਾ ਰਹੀ ਹੈ ਜੱਗੋ ਤੇਰਵੀਂ ਪੰਜਾਬ ਦੇ ਨਾਲ ਹੋ ਰਹੀ ਹੈ ਪੰਜਾਬ ਦੇ ਲੋਕਾਂ ਨਾਲ ਜੱਗੋ ਤੇਰਵੀਂ ਬੀਤ ਰਹੀ ਹੈ ਮੈਂ ਸਮਝਦਾ ਜਿੱਥੇ ਹੜਾਂ ਦੀ ਮਾਰ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਰਹੇ ਨੇ ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੀ ਵੱਧ ਇੰਤਜ਼ਾਮੀ ਔਰ ਨਲਾਇਕੀ ਕਰਕੇ ਲਾਪਰਵਾਹੀ ਕਰਕੇ ਔਰ ਮਾਈਨਿੰਗ ਮਾਫੀਆ ਦੀ ਸਰਪ੍ਰਸਤੀ ਕਰਨ ਕਰਕੇ ਅੱਜ ਗੁੰਡਾ ਪਰਚੀ ਲਾ ਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਲੁੱਟੀਆਂ ਜਾ ਰਹੀਆਂ ਨੇ ਔਰ ਜੇਬਾਂ 'ਤੇ ਬੋਝ ਪਾਇਆ ਜਾ ਰਿਹਾ ਇੱਕ ਤਾਂ ਵਿਵਤਾ ਦੇ ਮਾਰੇ ਲੋਕ ਨੇ ਦੂਜੇ ਪਾਸੇ ਕੈਪਟਨ ਸਾਹਿਬ ਦੀ ਸਰਕਾਰ ਨੇ ਆਪ ਵਿਵਤਾ ਖੜੀ ਕੀਤੀ ਹੈ ਲੋਕਾਂ ਲਈ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਚਲੋ ਵਿਰੋਧੀ ਪਾਰਟੀ ਦੇ ਲੀਡਰ ਨੇ ਉਹਨਾਂ 'ਤੇ ਸਰਕਾਰ 'ਤੇ ਸਵਾਲ ਚੁੱਕਣੇ ਹੋਏ ਪਰ ਜਿਸ ਤਰ੍ਹਾਂ ਦਵਿੰਦਰ ਸਿੰਘ ਘੁਬਾਇਆ ਨੇ ਵੱਡੇ ਸਵਾਲ ਆਪਣੀ ਸਰਕਾਰ 'ਤੇ ਖੜੇ ਕਰ ਦਿੱਤੇ ਨੇ ਉਸ ਤੋਂ ਬਾਅਦ ਇਹ ਦੇਖਣ ਨੂੰ ਮਿਲੇਗਾ ਕਿ ਸਰਕਾਰ ਦਾ ਇਸ 'ਤੇ ਕੀ ਰਿਐਕਸ਼ਨ ਹੁੰਦਾ ਹੈ ਕਿਉਂਕਿ ਉਹਨਾਂ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਵੱਲੋਂ MP ਦੀ ਚੋਣ ਲੜ ਚੁੱਕੇ ਨੇ ਅਤੇ ਉਹ ਹਾਰ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਹਰਾ ਦਿੱਤਾ ਸੀ ਉਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਵੱਡੇ ਇਲਜ਼ਾਮ ਕਾਂਗਰਸ ਪਾਰਟੀ ਦੇ ਲੀਡਰਾਂ 'ਤੇ ਲਾਏ ਕਿ ਇਹਨਾਂ ਨੇ ਮੈਨੂੰ ਹਰਾਇਆ ਹੈ ਇਹ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਘੁਬਾਇਆ ਪਰਿਵਾਰ ਦੀ ਹੁਣ ਕਾਂਗਰਸ ਪਾਰਟੀ ਦੇ ਨਾਲ ਨਹੀਂ ਬਣਨ ਵਾਲੀ ਹੈ ਇਹ ਸ਼ਾਇਦ ਇਸੇ ਕਰਕੇ ਦਵਿੰਦਰ ਸਿੰਘ ਘੁਬਾਇਆ ਵੀ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲੈ ਕੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮੁੱਦਾ ਚੁੱਕਦੇ ਦਿਖਾਈ ਦਿੰਦੇ ਨੇ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਨਜਾਇਜ਼ ਮਾਈਨਿੰਗ ਨੂੰ ਖਤਮ ਕਰਾਂਗੇ ਪਰ ਸਾਡੀ ਸਰਕਾਰ ਦੇ ਵਿੱਚ ਇਹ ਕੰਮ ਅਕਾਲੀਆਂ ਨਾਲੋਂ ਵੀ ਟੱਪ ਚੁੱਕਿਆ ਇਸ ਦਾ ਮਤਲਬ ਇਹ ਹੈ ਕਿ ਸਾਡੀ ਸਰਕਾਰ ਯਾਨੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਜਿਹੀ ਕਹਿਣ ਦੀ ਕੋਸ਼ਿਸ਼ ਦਵਿੰਦਰ ਸਿੰਘ ਘੁਬਾਇਆ ਨੇ ਇੱਥੇ ਕੀਤੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਜਦੋਂ ਕੋਈ ਸਰਕਾਰ ਦਾ ਹੀ MLA ਆਪਣੀ ਸਰਕਾਰ 'ਤੇ ਅਜਿਹੇ ਸਵਾਲ ਚੁੱਕਦਾ ਹੈ ਤਾਂ ਉਸਦਾ ਬਹੁਤ ਡੂੰਘਾ ਮਤਲਬ ਹੁੰਦਾ ਹੈ ਪਰ ਘੁਬਾਇਆ ਪਰਿਵਾਰ ਹੁਣ ਕਰੇਗਾ ਕੀ ਜੇਕਰ ਉਹ ਕਾਂਗਰਸ ਪਾਰਟੀ ਦੇ ਨਾਲ ਵੀ ਵਿਗਾੜ ਲੈਂਦਾ ਹੈ ਤਾਂ ਉਹ ਕਿੱਧਰ ਜਾਏਗਾ ਕਿਉਂਕਿ ਅਕਾਲੀ ਦਲ ਨੂੰ ਛੱਡ ਕੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਸੀ ਹਾਰ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਚੋਣ ਲੜੀ ਹੈ ਇਸ ਕਰਕੇ ਅਕਾਲੀ ਦਲ ਦੇ ਵਿੱਚ ਵਾਪਸੀ ਬਹੁਤ ਮੁਸ਼ਕਲ ਜਾਪਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ਼ ਹੀ ਉਹਨਾਂ ਨੇ ਮੋਰਚਾ ਖੋਲ੍ਹਿਆ ਸੀ ਉਹਨਾਂ ਦੇ ਖਿਲਾਫ਼ ਹੀ ਚੋਣ ਲੜੀ ਹੈ ਅਤੇ ਬਹੁਤ ਵੱਡੇ ਮਾਰਜਨ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਹਰਾ ਦਿੱਤਾ ਹੈ ਅਕਾਲੀ ਦਲ ਦੇ ਵਿੱਚ ਵਾਪਸੀ ਮੁਸ਼ਕਲ ਹੈ ਕਾਂਗਰਸ ਪਾਰਟੀ ਨਾਲ ਬਣ ਨਹੀਂ ਰਹੀ ਅਤੇ ਦਵਿੰਦਰ ਸਿੰਘ ਘੁਬਾਇਆ ਨੇ ਵੀ ਹੁਣ ਮੋਰਚਾ ਖੋਲ੍ਹ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਇਸ 'ਤੇ ਕਿਵੇਂ ਰਿਐਕਟ ਕਰਦੀ ਹੈ ਉਸ 'ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਵੀ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਦਵਿੰਦਰ ਸਿੰਘ ਘੁਬਾਇਆ ਨੇ ਨਜਾਇਜ਼ ਮਾਈਨਿੰਗ ਦਾ ਮਸਲਾ ਚੁੱਕ ਕੇ ਠੀਕ ਕੰਮ ਕੀਤਾ ਭਾਵੇਂ ਸਰਕਾਰ ਉਹਨਾਂ ਦੀ ਹੈ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਹਾਲ ਅਕਾਲੀਆਂ ਨਾਲੋਂ ਵੀ ਬੁਰਾ ਹੋ ਚੁੱਕਿਆ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ
खुंज ना सको। मैं जज सिंह चाहल अगली बार फिर हाजिर होवांगा। तुसीं देखदे रहो द पंजाब टीवी, हर खबर का सच।